ਤੋਂ ਸ਼ੁਰੂ ਤੋਂ ਕਰ ਤਿੰਨਾਂ ਤੋਂ ਤਿੰਨਾਂ ਤੋਂ ਸ਼ੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇੱਕ ਵੀਡੀਓ ਲਾਈਵ ਹੋਏ ਹਾਂ ਫੇਸਬੁੱਕ 'ਤੇ ਤੁਸੀਂ ਜਿਵੇਂ ਸਾਡਾ ਪੇਜ ਦੇਖਦੇ ਹੋ ਮਨੁੱਖਤਾ ਦੀ ਸੇਵਾ ਅੱਜ ਇੱਕ ਬੜੀ ਸਾਡੇ ਲਈ ਵੀ ਇੱਕ ਅਚੰਬੇ ਦੀ ਗੱਲ ਹੋਈ ਹੈ ਇੱਕ ਬੜਾ ਦੁੱਖਦਾਈ ਗੱਲ ਹੋਈ ਹੈ ਬੜਾ ਦੁੱਖ ਲੱਗਿਆ ਸਾਡੀ ਟੀਮ ਨੂੰ ਅਸੀਂ ਕਾਫੀ ਅੱਗੇ ਤੋਂ ਮੁੜ ਕੇ ਆਏ ਹਾਂ ਪਹਿਲਾਂ ਅਸੀਂ ਇਸ ਚੌਂਕ ਤੋਂ ਅਸੀਂ ਭਾਰਤ ਨਗਰ ਚੌਂਕ 'ਚ ਆ ਸਾਹਮਣੇ ਪਾਰਕ ਪਲਾਜ਼ਾ ਹੋਟਲ ਆ ਅਤੇ ਆ ਸਾਹਮਣੇ ਬਿਲਕੁਲ ਫਿਰੋਜ਼ ਗਾਂਧੀ ਮਾਰਕੀਟ ਦਿਖਾਈ ਦੇ ਰਹੀ ਹੈ ਜੀ ਤੁਸੀਂ ਦੇਖ ਸਕਦੇ ਹੋ ਫਿਰੋਜ਼ ਗਾਂਧੀ ਮਾਰਕੀਟ ਆ ਇਹ ਭਾਰਤ ਜਾਣੀ ਕਿ ਭਾਈਵਾਲਾ ਚੌਂਕ ਦੇ ਵਿੱਚ ਖੜ੍ਹੇ ਹਾਂ ਜੀ ਅਸੀਂ ਇਸ ਟਾਈਮ ਅਤੇ ਪਾਰਕ ਪਲਾਜ਼ਾ ਦੇ ਬਿਲਕੁਲ ਸਾਹਮਣੇ ਇਹ ਬੱਚੇ ਨੂੰ ਲੈ ਕੇ ਲੇਡੀਜ਼ ਗੋਦੀ ਦੇ ਵਿੱਚ ਸਾਡੀ ਗੱਡੀ ਕੋਲ ਆਈ ਕਹਿੰਦੇ ਵੀ ਮੇਰੇ ਬੱਚੇ ਦੇ ਕੰਨ 'ਚ ਕੀੜੇ ਪਏ ਹੋਏ ਆ ਵੀ ਇਹਦਾ ਇਲਾਜ ਲਈ ਪੈਸੇ ਦੇ ਦਿਓ ਫੜ ਜਾਓ ਬੇਟਾ ਰੁਕ ਜਾਓ ਅਤੇ ਅਸੀਂ ਲਾਈਟਾਂ ਹੋ ਗਈਆਂ ਗੱਡੀ ਰੋਕ ਨਹੀਂ ਸਕੇ ਅਸੀਂ ਅੱਗੇ ਨਿਕਲ ਕੇ ਅਸੀਂ ਅੱਗੇ ਤੋਂ ਮੁੜ ਕੇ ਆਏ ਹਾਂ ਵਾਪਸ ਸਾਰੇ ਟੀਮ ਮੈਂਬਰ ਕਹਿਣ ਲੱਗ ਗਏ ਵੀ ਬੰਦਾ ਬੱਚਾ ਬਹੁਤ ਮਾੜੀ ਹਾਲਤ 'ਚ ਆ ਵੀ ਆਪਾਂ ਚੱਲੀਏ ਵੀ ਹੈਲਪ ਕਰਕੇ ਆਈਏ ਜਾ ਕੇ ਤਾਂ ਅਸੀਂ ਵਾਪਸ ਆਏ ਗੱਡੀ ਸਾਡੀ ਉਸ ਸਾਈਡ ਖੜ੍ਹੀ ਆ ਬੰਦਾ ਅਸੀਂ ਉੱਥੇ ਗੱਡੀ ਖੜ੍ਹਾ ਕੇ ਕਿੱਥੇ ਆਏ ਸਾਈਡ ਤਾਂ ਇਹ ਮਾਤਾ ਨੂੰ ਰੋਕਿਆ ਪੁੱਛਿਆ ਵੀ ਕੀ ਹੋਇਆ ਬੱਚੇ ਨੂੰ ਤਾਂ ਬੱਚੇ ਦਾ ਕੰਨ ਦੇਖਿਆ ਤੁਸੀਂ ਆ ਨੇੜੇ ਦੇਖ ਦਿਖਾਵਤ ਇਲਾਜ ਹੋ ਗਿਆ ਤੇਰਾ ਜੇ ਦੇਖੋ ਆਹ ਕੰਨ ਆ ਬੱਚੇ ਦਾ ਆ ਤੁਸੀਂ ਦੇਖ ਸਕਦੇ ਹੋ ਕੰਨ ਦੇ ਵਿੱਚ ਮਾਤੀ ਕਹਿੰਦੇ ਕੀੜੇ ਪਏ ਹੋਏ ਆ ਦਵਾਈ ਹੈ ਦਵਾਈ ਤੁਸੀਂ ਇੱਕ ਮਿੰਟ ਛੋੜ ਦੋ ਮਾਤਾ ਛੋੜ ਦੋ ਤੁਸੀਂ ਆ ਦੇਖ ਸਕਦੇ ਹੋ ਤੁਸੀਂ ਦੇਖ ਲਗਾ ਕੇ ਪੇਟ ਕੇ ਲਈ ਕੀ ਆ ਦੇਖੋ ਆ ਕੰਨ ਐਨ ਸਾਫ ਕਰਤਾ ਜੀ ਉਹਨਾਂ ਨੇ 2 ਮਿੰਟਾਂ ਜੀ ਪੇਟ ਕੇ ਲਈ ਕੀ ਕਰੇ ਪੇਟ ਕੇ ਲਈ ਇਹ ਕਹਿੰਦੀ ਪੇਟ ਕੇ ਲਈ ਕਰਦੇ ਆ ਦਿਖਾਓ ਦਵਾਈ ਕਿਹੜੀ ਆ ਇੱਕ ਮਿੰਟ ਖੋਲ ਕੇ ਦਿਖਾਓ ਇਹਨੂੰ ਆ ਇਹਨਾਂ ਨੇ ਦਵਾਈ ਇੱਕ ਜਮਾ ਬਿਲਕੁਲ ਮਾਸ ਵਰਗੀ ਆ ਇਹ ਮੈਨੂੰ ਲੱਗਦਾ ਕਿਸੇ ਮਾਸ ਦੀ ਬਣਾਉਣੇ ਤੁਸੀਂ ਕਾਹਦੀ ਬਣਾਉਣੇ ਸਹੀ ਸਹੀ ਦੱਸਿਓ ਮੁਰਗੇ ਦੀ ਆਂਤੜੀ ਦੀ ਇਹ ਬਣਾਉਂਦੇ ਆ ਜੀ ਮੁਰਗੇ ਦੀਆਂ ਆਂਤਾਂ ਜਿਹੜੀਆਂ ਆਂਤੜੀ ਨੂੰ ਇਹ ਕੰਨ ਤੇ ਬੱਚੇ ਦੀ ਤੇ ਲਾ ਕੇ ਤੁਹਾਨੂੰ ਇਹਦਾ ਦਿਖਾਵੋ ਤੇ ਕੰਨ ਕੰਨ ਤੇ ਲਗਾ ਕੇ ਇਹ ਉਹ ਫੜਾਓ ਮੈਨੂੰ ਪਕੜਾਓ ਤੇ ਉਹਦਾ ਇਹ ਇਹਨਾਂ ਨੇ ਬਣਾਇਆ ਹੋਇਆ ਜੀ ਮੁਰਗੇ ਦੀਆਂ ਆਂਤੜੀਆਂ ਦਾ ਤੇ ਆ ਦੇਖੋ ਇੱਕ ਮਾਸ ਦਾ ਟੁਕੜਾ ਉੱਪਰ ਲਾ ਕੇ ਆਪਦੇ ਬੱਚੇ ਦੇ ਕੰਨ ਤੇ ਕਹਿ ਰਹੀ ਹੈ ਕੰਨ 'ਚ ਕੀੜੇ ਪਏ ਹੋਏ ਆ ਇਹਦੇ ਬਾਰੇ ਦੇ ਵਿੱਚ ਸਾਨੂੰ ਅੱਗੇ ਵੀ ਕਾਫੀ ਵਾਰੀ ਬੰਦਿਆਂ ਨੇ ਜਾਣੀ ਕਿ ਫੋਨ ਆਏ ਆ ਇਹ ਪਹਿਲਾਂ ਸਾਨੂੰ ਭਾਰਤ ਨਗਰ ਆਪਣੇ ਸੋਰੀ ਘੰਟਾ ਘਰ ਸਾਈਡ ਦਰੇਸੀ ਗਰਾਊਂਡ ਵਾਲੀ ਸਾਈਡ ਇੱਕ ਦੋਸਤ ਨੇ ਫੋਨ ਕੀਤਾ ਸੀ ਵੀ ਇੱਕ ਬੱਚਾ ਇਹਨੂੰ ਮਾਤਾ ਲਈ ਫਿਰਦੀ ਉਹਦੇ ਕੰਨ 'ਚ ਕੀੜੇ ਪਏ ਹੋਏ ਆ ਬਹੁਤ ਜ਼ਿਆਦਾ ਵੀ ਉਹਦੀ ਮਦਦ ਕਰੋ ਅਸੀਂ ਉਦੋਂ ਵੀ ਉੱਥੇ ਪਹੁੰਚੇ ਸਾਨੂੰ ਇਹ ਮਿਲੇ ਨਹੀਂ ਸੀ ਉਦੋਂ ਅੱਜ ਸਾਨੂੰ ਆਪ ਇਹ ਮਿਲੇ ਇਹ ਕਹਿੰਦੇ ਕੰਨ ਦੇ ਵਿੱਚ ਕੀੜੇ ਪਏ ਹੋਏ ਆ ਕੰਨ 'ਤੇ ਐਡਾ ਵੱਡਾ ਜ਼ਖਮ ਬੱਚੇ ਦੇ ਦਿਖਾਇਆ ਇਹਨਾਂ ਨੇ ਪਰ ਇਹ ਕਹਿੰਦੇ ਮੁਰਗੇ ਦੀਆਂ ਆਂਤੜੀਆਂ ਲਾ ਕੇ ਅਤੇ ਜ਼ਖਮ ਬਣਾਇਆ ਹੋਇਆ ਇਹਨਾਂ ਨੇ ਅਤੇ ਲੋਕਾਂ ਨੂੰ ਦੱਸ ਦਿਆ ਵੀ ਕੰਨ ਦੇ ਵਿੱਚ ਕੀੜੇ ਪਏ ਹੋਏ ਆ ਅਤੇ ਇਹਨਾਂ ਦੇ ਹਾਲਾਤ ਇੱਦਾਂ ਦੇ ਆ ਸੀ ਮੈਂ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਵੀ ਕਰਦਾ ਵੀ ਇਹ ਇੱਦਾਂ ਦੀ ਚੀਜ਼ਾਂ ਤੋਂ ਅਵੇਅਰ ਹੋਵੋ ਆਪਾਂ ਗੱਡੀ 'ਚ ਬੈਠੇ ਬੈਠੇ ਕੋਈ ਇਹਦਾ ਜ਼ਖਮ ਬੱਚੇ ਦਾ ਦੇਖ ਕੇ ਕੋਈ 100 ਰੁਪਏ ਦੇ ਦਿੰਦਾ ਕੋਈ 50 ਕੋਈ 10 ਕੋਈ 20 ਅਤੇ ਇਹ ਬੱਚੇ ਨੂੰ ਵੀ ਭਿਖਾਰੀ ਬਣਾ ਰਹੀ ਹੈ ਆਪਦੇ ਬੇਟੇ ਨੂੰ ਪੜ੍ਹਾ ਨਹੀਂ ਰਹੀ ਇਹ ਅਤੇ ਆਪ ਤਾਂ ਭਿਖਾਰੀ ਹੈ ਹੀ ਇਹ ਅਤੇ ਦੇਖੋ ਇੰਨੀ ਮਾੜੀ ਹਾਲ ਆ ਆਪਣੇ ਲੋਕ ਇਸ ਚੀਜ਼ ਨੂੰ ਧਿਆਨ ਨਹੀਂ ਦਿੰਦੇ 10-20 ਰੁਪਏ ਦੇ ਕੇ ਲੋਕ ਸੋਚਦੇ ਆ ਵੀ ਅਸੀਂ ਪੁੰਨ ਕਰ ਲਿਆ ਅਸੀਂ ਦਾਨ ਕਰ ਲਿਆ ਮੇਰੇ ਬੱਚੇ ਨੂੰ ਹੁਣ ਅਗਲੀ ਪਾਸ ਹੋ ਜੂਗਾ ਮੇਰਾ ਬੇਟਾ ਕੋਈ ਕਹਿ ਰਿਹਾ ਮੇਰੇ ਬੇਟੇ ਨੂੰ ਨੌਕਰੀ ਮਿਲ ਜੂ ਕੋਈ ਖੁਦ ਕਹਿ ਰਿਹਾ ਮੈਨੂੰ ਨੌਕਰੀ ਮਿਲ ਜੂ ਹਰੇਕ ਬੰਦਾ ਆਪੋ ਆਪਣਾ ਪੁੰਨ ਕਰਨ 'ਚ ਲੱਗਿਆ ਹੋਇਆ ਕੋਈ ਪਿੱਛੇ ਇਹਦੇ ਕੋਈ ਸੀਨ ਨਹੀਂ ਦੇਖਦਾ ਇਹਦੇ ਵਿੱਚ ਦੇਖੋ ਬੱਚੇ ਦਾ ਫਿਊਚਰ ਵੀ ਆ ਹੋਰ ਕਿੰਨੇ ਬੱਚਿਆਂ ਦਾ ਫਿਊਚਰ ਆ ਇਸ ਚੀਜ਼ ਨਾਲ ਜੁੜਿਆ ਹੋਇਆ ਇਹ ਇੱਕ ਮਾਤਾ ਆ ਹੁਣ ਸਾਡੇ ਸਾਹਮਣੇ ਤੁਹਾਡੇ ਖੜ੍ਹੀ ਆ ਇਹ ਇੱਕ ਜਲਦੀ ਮੁਰਗੇ ਦੀਆਂ ਆਂਤੜੀਆਂ ਉਹਦੇ ਕੰਨ ਨੂੰ ਲਾ ਕੇ ਇੰਨੀ ਗੰਦੀ ਸਮੈਲ ਆ ਰਹੀ ਹੈ ਤੁਸੀਂ ਅਸੀਂ ਐਕਸਪਲੇਨ ਨਹੀਂ ਕਰ ਸਕਦੇ ਬੱਚੇ ਕੋਲ ਇੰਨੀ ਸਮੈਲ ਆ ਰਹੀ ਉਹ ਕੱਪੜੇ 'ਚੋਂ ਇੰਨੀ ਜ਼ਿਆਦਾ ਗੰਦੀ ਸਮੈਲ ਆਉਂਦੀ ਸੀ ਉਹ ਗੰਦਾ ਮਾਸ ਇਹਦੇ ਕੰਨ 'ਤੇ ਲਾ ਕੇ ਲੋਕਾਂ ਤੋਂ ਪੈਸੇ ਮੰਗੇ ਜਾ ਰਹੇ ਆ ਅਤੇ ਸਹੀ ਬੰਦੇ ਦੀ ਹੈਲਪ ਜੇ ਹੋਣੀ ਚਾਹੀਦੀ ਕਈ ਲੋੜਵੰਦ ਵੀ ਹੁੰਦੇ ਆ ਆਪਾਂ ਜਦੋਂ ਇੱਦਾਂ ਦੇ ਬੰਦੇ ਸਮਾਜ ਦੇ ਵਿੱਚ ਵਿਚਰਦੇ ਆ ਤੁਸੀਂ ਇਹਨਾਂ ਦੀ ਸੋਚ ਦੇਖੋ ਕਿੰਨੀ ਮਾੜੀ ਆ ਕਿ ਕੀ ਇਹ ਪੰਜਾਬ ਦੇ ਵਿੱਚ ਕੀ ਆਪਾਂ ਨੂੰ ਇਹ ਸਮਝਾਉਣਗੇ ਜੀ ਕੀ ਇਹ ਬਹੁਤ ਡਿਵੈਲਪ ਹੋ ਰਿਹਾ ਪੰਜਾਬ ਜਾਂ ਬਹੁਤ ਵਧੀਆ ਗੱਲਾਂ ਹੋ ਰਹੀਆਂ ਚੌਂਕ ਚੁਰਾਹਿਆਂ ਦੇ ਵਿੱਚ ਇੱਦਾਂ ਦੇ ਬੰਦੇ ਲੋਕਾਂ ਨੂੰ ਫਰੇਮ ਕਰਦੇ ਆ ਝੂਠ ਮਾਰ ਕੇ ਫਸਾਉਂਦੇ ਆ ਲੋਕਾਂ ਨੂੰ ਅਤੇ ਆ ਬੱਚੇ ਦੀ ਪਤਾ ਨਹੀਂ ਕਿੰਨੀਆਂ ਬਿਮਾਰੀਆਂ ਨੂੰ ਲੱਗ ਜਾਣੀਆਂ ਉਹ ਇੰਨੀ ਗੰਦੀ ਚੀਜ਼ ਇਹਦੇ ਕੰਨ ਨੂੰ ਲਾ ਕੇ ਘੁੰਮ ਰਹੀ ਆ ਮਾਤਾ ਇਸ ਕਰਕੇ ਅਸੀਂ ਹੱਥ ਬੰਨ੍ਹ ਕੇ ਬੇਨਤੀ ਕਰਦੇ ਹਾਂ ਸਾਰੇ ਵੀਰਾਂ ਭੈਣਾਂ ਨੂੰ ਵੀ ਇੱਦਾਂ ਦੀਆਂ ਚੀਜ਼ਾਂ ਤੋਂ ਬਚੋ ਜਦ ਵੀ ਤੁਹਾਨੂੰ ਕੋਈ ਇੱਦਾਂ ਦਾ ਮਿਲਦਾ ਤੁਸੀਂ ਉਹਨਾਂ ਨੂੰ ਪੁੱਛਿਆ ਜ਼ਰੂਰ ਕਰੋ ਉਹਨਾਂ ਦੀ ਜਾਂ ਤਾਂ ਹੈਲਪ ਹੀ ਕਰ ਦਿਓ ਜੇ ਵਾਕਈ ਲੋੜ ਆ ਤਾਂ ਉਹਦੀ ਹੈਲਪ ਕਰੋ ਅਤੇ ਜੇ ਉਹ ਇੱਦਾਂ ਦਾ ਹੈਗਾ ਤਾਂ ਉਹਦਾ ਫਰੋਡ ਜ਼ਰੂਰ ਫੜੋ ਫੜ ਕੇ ਅਤੇ ਪਤਾ ਲੱਗੇ ਘੱਟੋ ਘੱਟ ਲੋਕਾਂ ਨੂੰ ਵੀ ਇਹ ਚੀਜ਼ ਕੀ ਆ ਕਿੰਨੇ ਕਿਤੇ ਲੋਕ ਨਿਕਲਦੇ ਆ ਵਿਚਾਰੇ ਇੰਨੀ ਸਹਿਮਤੀ ਫੀਲ ਕਰਦੇ ਆ ਵੀ ਇੱਕ ਬੱਚੇ ਦੇ ਕੰਨ 'ਚ ਕੀੜੇ ਪਏ ਰੋਡ 'ਤੇ ਘੁੰਮ ਰਹੀ ਆ ਆਪਣੇ ਕੋਲ ਕਿੰਨੇ ਲੋਕ ਪੰਜਾਬ ਦੇ ਵਿੱਚ ਇੱਦਾਂ ਜਿਹੜੇ ਬਾਹਰੋਂ ਘੁੰਮਣ ਆਉਂਦੇ ਆ ਜਾਂ ਕੁਛ ਹੋਰ ਆਉਂਦੇ ਆ ਉਹ ਦੇਖਦੇ ਆ ਇੱਦਾਂ ਦੀ ਚੀਜ਼ਾਂ ਨੂੰ ਅਗਲਾ ਕਹਿੰਦਾ ਵੀ ਇੰਨੀ ਮਾੜੀ ਹਾਲਤ ਆ ਪੰਜਾਬ ਦੀ ਵੀ ਬੰਦਿਆਂ ਦੇ ਕੰਨਾਂ 'ਚ ਕੀੜੇ ਪਏ ਹੋਏ ਆ ਸਿਰ 'ਚ ਕੀੜੇ ਪਏ ਹੋਏ ਆ
ਉਹਨਾਂ ਦਾ ਕੋਈ ਇਲਾਜ ਨਹੀਂ ਕਰਵਾ ਰਿਹਾ, ਉਹ ਭੀਖ ਮੰਗ ਰਹੀ ਉਹਦੀ ਮਾਂ। ਪਰ ਇਹ ਸਾਰਾ ਫਰੇਬ ਆ, ਝੂਠ ਹੁੰਦਾ ਹੈ, ਕਿਉਂਕਿ ਜਿਹਨੇ ਇਲਾਜ ਕਰਾਉਣਾ ਉਹ ਚੌਂਕਾਂ ਦੇ ਵਿੱਚ ਪੈਸੇ ਨਹੀਂ ਮੰਗਦਾ, ਉਹ ਹੋਸਪਿਟਲ ਦੇ ਵਿੱਚ ਜਾ ਕੇ ਜਾਂ ਕਿਸੇ ਹੱਥ ਪੈਰ ਡਾਕਟਰ ਦੇ ਹੱਥ ਪੈਰ ਜੋੜਦਾ। ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਵੀ ਇੱਦਾਂ ਦੀਆਂ ਚੀਜ਼ਾਂ ਤੋਂ ਅਵੇਅਰ ਰਿਹਾ ਕਰੋ, ਅਤੇ ਇਹਨਾਂ ਦੇ ਜੇ ਕੋਈ ਇੱਦਾਂ ਦਾ ਵਾਕਈ ਤੁਹਾਨੂੰ ਬੰਦਾ ਮਿਲਦਾ ਵੀ ਆ ਕਿਤੇ, ਉਹਦਾ ਇਲਾਜ ਵੀ ਕਰਾਇਆ ਕਰੋ, ਉਹਦੀ ਹੈਲਪ ਵੀ ਕਰਿਆ ਕਰੋ। ਜ਼ਰੂਰੀ ਨਹੀਂ ਇਹ ਇੱਕ ਫਰੇਬ ਆ, ਸਾਰੀ ਫਰੇਬੀ ਆ, ਅਤੇ ਇਹਨਾਂ ਦੀ ਮਦਦ ਵੀ ਜ਼ਰੂਰ ਕਰਿਆ ਕਰੋ। ਇੰਨੀਆਂ ਅਸੀਂ ਬੇਨਤੀਆਂ ਕਰਨੀ, ਬਾਕੀ ਸਾਹਮਣੇ ਸਾਡੇ ਟ੍ਰੈਫਿਕ ਪੁਲਿਸ ਵਾਲੇ ਵੀ ਫਿਰਦੇ ਆ। ਇੱਕ ਮਿੰਟ ਆਇਓ ਜੀ ਉਰੇ ਬਾਈ ਜੀ। ਪ੍ਰਸ਼ਾਸਨ ਵੀ ਪਹੁੰਚ ਗਿਆ ਜੀ ਇੱਥੇ, ਇਹ ਵੀਰ ਟ੍ਰੈਫਿਕ ਦੀ ਡਿਊਟੀ 'ਤੇ ਤਕਰੀਬਨ ਰੋਜ਼ ਇੱਥੇ ਹੁੰਦਾ ਸੀ, ਡੇਲੀ ਦੇਖਦੇ ਹਾਂ ਇਹਨੂੰ, ਇਹ ਵੀਰ ਇਸੇ ਚੌਂਕ ਦੀ ਤਕਰੀਬਨ ਡਿਊਟੀ ਕਰਦਾ। ਇਹ ਅੱਗੇ ਦੇਖਿਆ ਜੀ ਤੁਸੀਂ ਕਦੇ, ਇਹ ਤਾਂ ਰੋਜ਼ ਭੀਖ ਮੰਗਦੀ ਆ ਆਪਣੇ ਬੱਚੇ ਦਾ, ਕੰਨ ਖੁੱਲ ਕੇ ਵੀ ਕੰਨ 'ਚ ਕੀੜੇ ਪਏ, ਐਡਾ ਵੱਡਾ ਜ਼ਖਮ ਆਏ ਕੰਨ ਦੇ ਵਿੱਚ, ਅਤੇ ਉਹ ਹੁਣ ਅਸੀਂ ਫੜਿਆ, ਅਸੀਂ ਕਿਹਾ ਵੀ ਚੱਲ ਤੇਰਾ ਇਲਾਜ ਕਰਾਉਂਦੇ ਹਾਂ ਬੱਚੇ ਦਾ ਇੱਧਰ ਆਵੋ। ਮੈਂ ਬੱਚੇ ਦਾ ਆ ਕੇ ਕੰਨ ਦੇਖਿਆ, ਇਹਨੇ ਰੁਮਾਲ ਉਤਾਰਿਆ, ਉਸ 'ਤੇ ਇੱਕ ਮੁਰਗੀਆਂ ਦੀਆਂ ਅੰਕੜੀਆਂ ਲਾ ਕੇ ਕਾਫੀ ਸਖ਼ਤ ਬਣਾਈ ਹੋਈ ਸੀ ਇਹਨੇ, ਲੋਕਾਂ ਤੋਂ ਪੈਸੇ ਮੰਗ ਰਹੇ ਮਾੜੀ ਗੱਲ ਆ ਇਹਨਾਂ ਵਾਸਤੇ। ਚੋਰੀ ਤੇ ਉੱਪਰ ਦੀ ਸੀਨਾ ਚੋਰੀ, ਦੇਖੋ ਕੀ ਹੋ ਰਿਹਾ ਹੈ। ਜੇ ਤੁਸੀਂ ਸਰ ਧਿਆਨ ਰੱਖਿਆ ਕਰੋ, ਇੱਦਾਂ ਦੇ ਬੰਦੇ ਇੱਥੇ ਲੋਕਾਂ ਨੂੰ ਬੇਵਕੂਫ ਬਣਾ ਰਹੇ, ਇਹ ਇੱਥੇ ਲੁਧਿਆਣੇ ਘੁੰਮਦੇ ਰੋਜ਼ ਚੌਂਕਾਂ ਦੇ ਵਿੱਚ। ਮੈਨੂੰ ਬਹੁਤ ਬੰਦਿਆਂ ਨੇ ਫੋਨ ਕੀਤਾ, ਅਸੀਂ ਮਨੁੱਖਤਾ ਦੀ ਸੇਵਾ ਸੁਸਾਇਟੀ ਤੋਂ ਲੁਧਿਆਣੇ ਤੋਂ, ਅਸੀਂ ਲੋਕਾਂ ਦੇ ਬੱਚਿਆਂ ਦੀ ਹੈਲਪ ਕਰ, ਜਦੋਂ ਅਸੀਂ ਬੱਚੇ ਦਾ ਇਹਨਾਂ ਸੁਣਿਆ ਵੀ ਕਿਤੇ ਕਿਹੜੀ ਕੰਮ 'ਚ ਕੀੜੇ ਪਏ ਹੋਏ ਆ ਮੇਰੇ ਬੱਚੇ ਦੇ, ਅਤੇ ਅਸੀਂ ਰੁਕ ਕੇ ਆਏ ਘੁੰਮ ਕੇ ਦੁਬਾਰਾ ਤਾਂ ਆ ਕੇ ਦੇਖਿਆ ਤਾਂ ਇਹ ਬੱਚੇ ਦੀ, ਅਤੇ ਕਿਤੇ ਮੈਂ ਜਲਦੀ ਸੱਟ ਲਗਾਈ ਉੱਪਰ, ਉਹਨੇ ਲਾਹ ਕੇ ਰੁਮਾਲ ਜੀ ਪਾ ਲਿਆ, ਉਹਦੇ 'ਚ ਗੰਦ ਲਗਾ, ਮੁਰਗੇ ਦੀਆਂ ਅੰਕੜੀਆਂ ਲਾਈਆਂ। ਇੱਦਾਂ ਦੀ ਵੀਰ ਬਣ ਕੇ ਤੁਸੀਂ ਵੀ ਰਿਕੁਐਸਟ ਆ, ਚਲੋ ਇਹ ਕੱਢੋ ਤੁਸੀਂ, ਮੈਂ ਤੁਹਾਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਸਾਡੇ ਪੇਜ ਵੱਲੋਂ, ਵੀ ਇੱਦਾਂ ਦੀਆਂ ਚੀਜ਼ਾਂ ਨੂੰ ਤੁਸੀਂ ਵੀ ਵੇਅਰ ਰਿਹਾ ਕਰੋ। ਤੁਹਾਡੇ ਚੌਂਕ 'ਚ ਬੰਦੇ ਮੰਗ ਰਿਹਾ ਕੋਈ ਤਾਂ ਐਕਸੀਡੈਂਟ ਹੀ ਹੋ ਜੂ, ਐਡੀ ਵੱਡੀ ਭਿਆਨਕ ਸੱਤੇ ਦਿਖਾ ਰਹੀ ਆ, ਲੋਕਾਂ ਨੇ ਗੱਡੀ ਦਾ ਸ਼ੀਸ਼ਾ ਖੋਲ੍ਹਿਆ, ਉਹਦੇ ਵਿੱਚ ਕੰਨ ਕਰਤਾ, ਆ ਦੇਖੋ ਜੀ ਕੀੜੇ ਪਏ, ਬੰਦਾ ਕੋਈ ਵੀ ਐਕਸੀਡੈਂਟ ਹੋ ਸਕਦਾ, ਕੁਛ ਵੀ ਹੋ ਸਕਦਾ, ਤੁਸੀਂ ਥੋੜ੍ਹਾ ਤੁਸੀਂ ਵੀ ਵੇਅਰ ਰਿਹਾ ਕਰੋ। ਥੈਂਕ ਯੂ ਜੀ। ਇਹ ਅਸੀਂ ਯਾਨੀ ਕਿ ਬੇਨਤੀ ਕਰਨੀ ਸੰਗਤਾਂ ਨੂੰ ਵੀ ਇੱਦਾਂ ਦੇ ਬੰਦਿਆਂ ਤੋਂ ਬਚਿਆ ਕਰੋ, ਅਵੇਅਰ ਰਿਹਾ ਕਰੋ, ਇੱਦਾਂ ਦੀ ਅਵੇਅਰਨੈਸ ਵਾਲੀ ਗੱਲ ਵੀ ਕਰਿਆ ਕਰੋ, ਜ਼ਰੂਰ ਧਿਆਨ ਰੱਖਿਆ ਕਰੋ ਇਹਨਾਂ ਚੀਜ਼ਾਂ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।